ਦੋਸਤੋ ਅੱਜ ਗੱਲ ਕਰ ਰਹੇ ਹਾਂ ਆਪਾਂ ਝੋਨੇ ਸੰਬੰਧੀ, ਕਿਉਂਕਿ ਤਕਰੀਬਨ ਸਾਰੇ ਹੀ ਆਪਣੇ ਕਿਸਾਨ ਭਰਾਵਾਂ ਨੇ ਝੋਨੇ ਦੀ ਕਣਕ ਦੀ ਕਟਾਈ ਕਰ ਲਈ ਹੈ ਅਤੇ ਹੁਣ ਆਪਾਂ ਬਾਸਮਤੀ ਇਹ ਝੋਨੇ ਦੀ ਨੀਰੀ ਲਾਉਣ ਦੀ ਤਿਆਰੀ ਕਰ ਰਹੇ ਹਾਂ। ਆਪਾਂ ਅੱਜ ਗੱਲ ਕਰਾਂਗੇ ਜੋ ਦੋ ਝੋਨੇ ਦੀਆਂ ਨਵੀਆਂ ਕਿਸਮਾਂ ਆਈਆਂ ਹਨ ਉਹਨਾਂ ਦੀ ਗੱਲ ਇਸ ਤਰ੍ਹਾਂ ਕਰਕੇ, ਕਿਹੜੇ ਦੋ ਬੀਜ ਆਏ ਹਨ ਉਹਨਾਂ ਦੇ ਵਿੱਚੋਂ ਹੈ ਇੱਕ KR 677, ਇੱਕ ਫੂਸੇ ਦੀ ਕਿਸਮ ਆ 112 ਦੀ ਸੋਧੀ ਹੋਈ 17-18। ਅਤੇ ਜਿਹੜੀਆਂ ਝੋਨੇ ਦੀਆਂ ਦੋ ਕਿਸਮਾਂ ਹਨ ਉਹਨਾਂ ਦੀ ਪਹਿਲਾਂ ਗੱਲ ਕਰਾਂਗੇ, ਉਹਨਾਂ ਵਿੱਚ ਹੈ KR 644 ਅਤੇ KR 670, ਜੋ ਫੂਸਾ 44 ਤੋਂ ਵੀ ਵੱਧ ਝਾੜ ਦਿੰਦੀਆਂ ਹਨ। ਵੀਡੀਓ ਜੇ ਵਧੀਆ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਕਿਸਾਨ ਦੇ ਕੋਲੋਂ ਇਹ ਵੀਡੀਓ ਪਹੁੰਚੇ ਅਤੇ ਉਹ ਆਪਣੀ ਯਾਨੀ ਕਿ ਜਾਣਕਾਰੀ ਉਸਨੂੰ ਜਾਣਕਾਰੀ ਮਿਲ ਸਕੇ। ਲਓ ਵੀ ਮਿੱਤਰੋ, ਆਪਾਂ ਅੱਜ ਗੱਲ ਕਰਦੇ ਹਾਂ ਹੁਣ ਝੋਨਾ 647 ਕਿਹੋ ਜਿਹਾ ਹੈ। ਕਣਕ ਇਹ ਕਿਸਾਨ ਭਰਾਵਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਕਿ ਬੀਜ ਦਾ ਨਿਰੀਖਣ ਕਰਨਾ ਚਾਹੀਦਾ ਹੈ, ਕਿਉਂਕਿ ਸਾਫ ਗੁਣਵੱਤਾ ਰੋਗ ਤੋਂ ਰਹਿਤ ਬੀਜ ਹੀ ਚੰਗਾ ਝਾੜ ਦਿੰਦਾ ਹੈ। ਇਹ ਪ੍ਰਗਟਾਵਾ ਪਿੰਡ ਹਰੂਵਾਲ ਦੇ ਕਿਸਾਨ ਅਤੇ ਸਰਪੰਚ ਸਰਜੀਤ ਸਿੰਘ ਕਰਨਾਲ ਐਗਰੀ ਸੀਡ ਦੇ ਮਾਲਕ ਰਵਿੰਦਰ ਕੁਮਾਰ ਨੇ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਇਸ ਸਾਲ ਝੋਨੇ ਦੀ ਨਵੀਂ ਕਿਸਮ KR 644 ਕਰਨਾਲ ਐਗਰੀ ਸੀਡ ਵੱਲੋਂ ਰਿਲੀਜ਼ ਕੀਤੀ ਗਈ ਹੈ। ਇਹ ਕਿਸਮ ਪਰਮਲ ਵਿੱਚ ਆਉਂਦੀ ਹੈ। KR 644 ਦਾ ਕੱਦ 102 ਸੈਂਟੀਮੀਟਰ ਅਤੇ ਇਸਦਾ ਤਣਾ ਮਜ਼ਬੂਤ ਹੋਣ ਕਰਕੇ ਡਿੱਗਦੀ ਨਹੀਂ ਹੈ ਅਤੇ ਇਸਦਾ ਔਸਤਨ ਝਾੜ 36 ਤੋਂ 40 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ। ਅਤੇ ਜਿਹੜਾ ਦੂਸਰੀ ਕਿਸਮ ਹੈ ਇਸਦੀ KR 670 ਪਿਛਲੇ 2 ਸਾਲਾਂ ਤੋਂ ਵਧੀਆ ਚੱਲ ਰਹੀ ਹੈ। ਇਹ ਵੀ ਕਿਸਮ ਪਰਮਲ ਵਿੱਚ ਆਉਂਦੀ ਹੈ। ਇਸਦਾ ਔਸਤਨ ਕੱਦ 104 ਸੈਂਟੀਮੀਟਰ ਹੁੰਦਾ ਹੈ ਅਤੇ ਝਾੜ 36 ਤੋਂ 38 ਕੁਇੰਟਲ ਦੇ ਵਿੱਚ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਹੀ ਬਾਸਮਤੀ ਦੀ ਵੀ ਇੱਕ ਨਵੀਂ ਕਿਸਮ ਆਈ ਹੈ ਜੋ ਕਿ ਫੂਸਾ 17-18 ਝੋਨੇ ਦੀ 112 ਦੀ ਸੋਧੀ ਹੋਈ ਕਿਸਮ ਹੈ। ਇਹ ਜਿਹੜੀ ਕਿਸਮ ਆ ਝੁਲਸ ਰੋਗਾਂ ਦਾ ਟਾਕਰਾ ਕਰਦੀ ਹੈ ਅਤੇ ਇਸਦਾ ਔਸਤਨ ਝਾੜ 24 ਤੋਂ 28 ਕੁਇੰਟਲ ਤੱਕ ਆਉਂਦਾ ਹੈ। ਜੇ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਕਿਸਾਨ ਤੱਕ ਪਹੁੰਚ ਸਕੇ। ਧੰਨਵਾਦ। ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਦੋਸਤੋ ਅੱਜ ਗੱਲ ਕਰ ਰਹੇ ਹਾਂ ਆਪਾਂ ਝੋਨੇ ਸੰਬੰਧੀ, ਕਿਉਂਕਿ ਤਕਰੀਬਨ ਸਾਰੇ ਹੀ ਆਪਣੇ ਕਿਸਾਨ ਭਰਾਵਾਂ ਨੇ ਝੋਨੇ ਕਣਕ ਦੀ ਕਟਾਈ ਕਰ ਲਈ ਹੈ ਅਤੇ ਹੁਣ ਆਪਾਂ ਬਾਸਮਤੀ ਇਹ ਝੋਨੇ ਦੀ ਨੀਰੀ ਲਾਉਣ ਦੀ ਤਿਆਰੀ ਕਰ ਰਹੇ ਹਾਂ। ਆਪਾਂ ਅੱਜ ਗੱਲ ਕਰਾਂਗੇ ਜੋ ਦੋ ਝੋਨੇ ਦੀਆਂ ਨਵੀਆਂ ਕਿਸਮਾਂ ਆਈਆਂ ਹਨ ਉਹਨਾਂ ਦੀ ਗੱਲ ਇਸ ਤਰ੍ਹਾਂ ਕਰਕੇ, ਕਿਹੜੇ ਦੋ ਬੀਜ ਆਏ ਹਨ ਉਹਨਾਂ ਦੇ ਵਿੱਚੋਂ ਹੈ ਇੱਕ KR 677, ਇੱਕ ਫੂਸੇ ਦੀ ਕਿਸਮ ਆ 112 ਦੀ ਸੋਧੀ ਹੋਈ 17-18। ਅਤੇ ਜਿਹੜੀਆਂ ਝੋਨੇ ਦੀਆਂ ਦੋ ਕਿਸਮਾਂ ਹਨ ਉਹਨਾਂ ਦੀ ਪਹਿਲਾਂ ਗੱਲ ਕਰਾਂਗੇ, ਉਹਨਾਂ ਵਿੱਚ ਹੈ KR 644 ਅਤੇ KR 670, ਜੋ ਫੂਸਾ 44 ਤੋਂ ਵੀ ਵੱਧ ਝਾੜ ਦਿੰਦੀਆਂ ਹਨ। ਵੀਡੀਓ ਜੇ ਵਧੀਆ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਕਿਸਾਨ ਦੇ ਕੋਲੋਂ ਇਹ ਵੀਡੀਓ ਪਹੁੰਚੇ ਅਤੇ ਉਹ ਆਪਣੀ ਯਾਨੀ ਕਿ ਜਾਣਕਾਰੀ ਉਸਨੂੰ ਸਹੀ ਜਾਣਕਾਰੀ ਮਿਲ ਸਕੇ। ਲਓ ਵੀ ਮਿੱਤਰੋ, ਆਪਾਂ ਅੱਜ ਗੱਲ ਕਰਦੇ ਹਾਂ ਹੁਣ ਝੋਨਾ 647 ਕਿਹੋ ਜਿਹਾ ਹੈ। ਕਣਕ ਇਹ ਕਿਸਾਨ ਭਰਾਵਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਕਿ ਬੀਜ ਦਾ ਨਿਰੀਖਣ ਕਰਨਾ ਚਾਹੀਦਾ ਹੈ, ਕਿਉਂਕਿ ਸਾਫ ਗੁਣਵੱਤਾ ਰੋਗ ਤੋਂ ਰਹਿਤ ਬੀਜ ਹੀ ਚੰਗਾ ਝਾੜ ਦਿੰਦਾ ਹੈ।